ਗੁਰਦਾਸਪੁਰ ਤੋਂ। ਗੁਰਦਾਸਪੁਰ ਜਾਣ ਵਾਲੇ ਵਾਹਨ ਜਿਵੇਂ ਮੋਟਰਸਾਈਕਲ, ਕਾਰ, ਟਰੱਕਾਂ ਨੂੰ ਰੋਕ ਕੇ ਲੋਕ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਜੇਕਰ ਤੁਸੀਂ ਸਾਡਾ ਸੰਸਦ ਸੰਨੀ ਦਿਓਲ ਕਿਤੇ ਵੇਖਿਆ ਹੈ ਤਾਂ ਉਸ ਨੂੰ ਘਰ ਜ਼ਰੂਰ ਵਾਪਸ ਭੇਜ ਦਿਓ। ਲੋਕਾਂ ਦੇ ਹੱਥਾਂ ਵਿੱਚ ਗੁੰਮ ਸ਼ੁਦਗੀ ਦੇ ਪੋਸਟਰ ਵੀ ਫੜੇ ਹੋਏ ਨੇ। ਪਠਾਨਕੋਟ ਵਿੱਚ ਅੱਜ ਲੋਕ ਇਹ ਅਲੱਗ ਹੀ ਅੰਦਾਜ਼ ਵਿੱਚ ਆਪਣੇ ਸੰਸਦ ਸੰਨੀ ਦਿਓਲ ਦੇ ਖਿਲਾਫ ਰੋਸ ਪ੍ਰਗਟ ਕਰ ਰਹੇ ਸਨ। ਸੁਜਾਨਪੁਰ ਅਤੇ ਜੰਮੂ ਨੈਸ਼ਨਲ ਹਾਈਵੇ ਉੱਪਰ ਲੋਕ ਸੰਨੀ ਦਿਓਲ ਨੂੰ ਲੱਭਦੇ ਨਜ਼ਰ ਆਏ। ਗੁਰਦਾਸਪੁਰ ਨੂੰ ਜਾਣ ਵਾਲੇ ਵਾਹਨ ਜਿਵੇਂ ਮੋਟਰਸਾਈਕਲ, ਕਾਰ, ਟਰੱਕਾਂ ਨੂੰ ਰੋਕ ਕੇ ਇਹ ਕਹਿੰਦੇ ਨਜ਼ਰ ਆਏ ਕਿ ਜੇਕਰ ਸੰਨੀ ਦਿਓਲ ਸਾਡਾ ਸੰਸਦ ਕਿਸੇ ਨੇ ਵੇਖਿਆ ਤਾਂ ਉਸਨੂੰ ਜਲਦੀ ਤੋਂ ਜਲਦੀ ਘਰ ਵਾਪਸ ਭੇਜ ਦਿਓ। ਉਹਨਾਂ ਦੇ ਹੱਥਾਂ ਦੇ ਵਿੱਚ ਗੁੰਮਸ਼ੁਦਗੀ ਦੇ ਪੋਸਟਰ ਵੀ ਫੜੇ ਹੋਏ ਸਨ। ਇਸ ਤੋਂ ਇਲਾਵਾ ਸੰਨੀ ਦਿਓਲ ਦੀ ਗੁੰਮਸ਼ੁਦਗੀ ਦੇ ਪੋਸਟਰ ਕੰਧਾਂ ਦੇ ਉੱਪਰ ਵੀ ਚਿਪਕੇ ਹੋਏ ਨਜ਼ਰ ਆਏ। ਲੋਕਾਂ ਨੇ ਕਿਹਾ ਕਿ ਦੇਸ਼ ਵਿੱਚ ਕੋਰੋਨਾ ਵਰਗੀ ਮਹਾਮਾਰੀ ਫੈਲੀ ਹੋਈ ਹੈ, ਲੋਕ ਭੁੱਖ ਨਾਲ ਮਰ ਰਹੇ ਹਨ, ਪਰ ਉਹਨਾਂ ਦੇ ਨੇਤਾ ਕੋਈ ਰਾਸ਼ਨ ਜਾਂ ਰਾਹਤ ਦੇਣ ਦਾ ਕੋਈ ਉਪਰਾਲਾ ਨਹੀਂ ਕਰ ਰਹੇ। ਲੋਕਾਂ ਨੇ ਕਿਹਾ ਹੈ ਕਿ ਸਾਡੇ ਹਲਕੇ ਦੇ ਵਿਧਾਇਕ ਜੋਗਿੰਦਰਪਾਲ ਜੀ ਨੇ ਜੋ ਲੋਕਾਂ ਨੂੰ ਰਾਸ਼ਨ ਅਤੇ ਉਹਨਾਂ ਦਾ ਹਾਲ ਚਾਲ ਪੁੱਛਦੇ ਨਜ਼ਰ ਆਉਂਦੇ ਨੇ। ਸਥਾਨਕ ਕਾਂਗਰਸੀ ਵਰਕਰਾਂ ਨੇ ਇਲਜ਼ਾਮ ਲਾਏ ਨੇ ਕਿ ਸੰਸਦ ਦਾ ਗੁੰਮ ਹੋਣਾ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਗੱਲ ਹੈ, ਉਹ ਵੀ ਇਸ ਸਮੇਂ ਜਦੋਂ ਕਿ ਉਹਨਾਂ ਦੀ ਲੋੜ ਹੈ। ਲੋਕ ਐਵੇਂ ਨਹੀਂ ਸੀ ਕਹਿੰਦੇ ਕਿ ਇਹ ਲੋਕ ਜਦੋਂ ਬੰਬੇ ਜਾਂਦੇ ਨੇ ਤਾਂ ਪੰਜਾਬ ਨੂੰ ਭੁੱਲ ਜਾਂਦੇ ਨੇ, ਕਿਤੇ ਨਾ ਕਿਤੇ ਉਹਨਾਂ ਦੀਆਂ ਗੱਲਾਂ ਵਿੱਚ ਸੱਚਾਈ ਆਉਂਦੀ ਨਜ਼ਰ ਆ ਰਹੀ ਹੈ। ਹੁਣ ਵੇਖਣਾ ਇਹ ਹੈ ਕਿ ਸੰਨੀ ਦਿਓਲ ਕਦੋਂ ਤੱਕ ਆਪਣੇ ਘਰ ਵਾਪਸ ਆਉਂਦਾ ਹੈ, ਲੋਕਾਂ ਦਾ ਹਾਲ ਚਾਲ ਪੁੱਛਦਾ ਹੈ। ਜੋ ਪੋਸਟਰ ਗੁੰਮਸ਼ੁਦਗੀ ਦੇ ਦੀਵਾਰਾਂ ਦੇ ਉੱਪਰ ਚਿਪਕੇ ਨਜ਼ਰ ਆ ਰਹੇ ਨੇ, ਕੀ ਇਹ ਪੋਸਟਰ ਇਸੇ ਤਰ੍ਹਾਂ ਹੀ ਰਹਿਣਗੇ ਜਾਂ ਫਿਰ ਸੰਨੀ ਦਿਓਲ ਦੀ ਹੋਵੇਗੀ ਘਰ ਵਾਪਸੀ?